ਭਾਰਤ ਵਿੱਚ ਟੈਕਸਟਾਈਲ ਸੈਕਟਰ ਬਹੁਤ ਉੱਤਮ ਹੈ ਜਦੋਂ ਕਿ ਭਾਰਤ ਦੇ ਕੱਪੜੇ ਦਾ ਵਪਾਰ 350 ਬਿਲੀਅਨ ਡਾਲਰ ਦੀ ਆਸ ਹੈ ਕਿ 2030 ਤੱਕ ਕ੍ਰਾਸ ਕਰ ਜਾਵੇਗਾ ਇਹ ਭਾਵੇਂ ਕੇਂਦਰ ਸਰਕਾਰ ਦੇ ਸਦਾ ਵਾਂਗ ਆਕਾਸ਼ ਗੰਜਾਉ ਨਾਰਾ ਹੀ ਹੋਣ ਪਰੰਤੂ ਦੇਸ਼ ਦਾ ਖੇਤੀਬਾੜੀ ਸੈਕਟਰ ਜਿਸ ਦੇ ਹਿਸਾਬ ਨਾਲ ਕੱਪੜਾ ਟਰਾਂਸਪੋਰਟ ਤੇ ਇੰਡਸਟਰੀ ਨੂੰ ਹਲਾਰਾ ਦੇ ਕੇ ਛਾਇਦ ਕਰਦਾ ਉਸ ਦਾ ਦੇਸ਼ ਦੀ ਆਰਥਿਕਤਾ ਵਿੱਚ 18% ਤੋਂ ਵੱਧ ਯੋਗਦਾਨ ਹੈ ਉਸ ਦਾ ਕਦੇ ਵੀ ਮੋੜਵਾ ਮਾਨ ਸਤਕਾਰ ਤੇ ਖੇਤੀਬਾੜੀ ਢਾਂਚੇ ਵਿੱਚ ਨਵਾਂ ਪੂੰਜੀ ਨਿਵੇਸ਼ ਜਾਂ ਰਿਸਰਚ ਡਿਵੈਲਪਮੈਂਟ ਲਈ ਕੋਈ ਆਵਾ ਬਜਟ ਰੱਖਵਾ ਜ਼ਮੀਨੀ ਪੱਧਰ ਤੇ ਨਜ਼ਰ ਨਹੀਂ ਆਉਂਦਾ ਪੰਜਾਬ ਵਿੱਚ ਇੱਕ ਜੇਹਾ ਸੂਬਾ ਜਿੱਥੇ ਦੇਖਦੀ ਸਭ ਤੋਂ ਵਧੀਆ ਕਿਸਮਾਂ ਵਿੱਚੋਂ ਇੱਕ ਕਪਾਹ ਦੀ ਫਸਲ 7 ਲੱਖ ਏਕੜ ਤੋਂ ਵੱਧ ਬੀਜਾਈ ਜਾਂਦੀ ਸੀ ਜੋ ਅੱਜ ਘਟ ਕੇ 1 ਲੱਖ ਏਕੜ ਤੋਂ ਥੱਲੇ ਆ ਗਈ ਹੈ ਇਸ ਫਸਲ ਨਾਲ ਸੰਬੰਧਿਤ ਕਿਸਾਨੀ ਕਰਜ਼ੇ ਜੇ ਡੁੱਬੀ ਪਈ ਹੈ ਉਤੋਂ ਖੁਦਕੁਸ਼ੀਆਂ ਵੀ ਬੇਤਾਸ਼ਾ ਹੋ ਰਹੀਆਂ ਜੇ ਕਿਸਾਨੀ ਦੀ ਕਿਸੇ ਸਰਕਾਰ ਮੰਤਰਾਲੇ ਜਾਂ ਵਿਸ਼ਵ ਗੁਰੂ ਨੇ ਸੋਧ ਨਹੀਂ ਲੈਣੀ ਤੇ ਕਿਸ ਤਰ੍ਹਾਂ ਕਿਹਾ ਜਾ ਸਕਦਾ ਸਬਕਾ ਸਾਥ ਸਬਕਾ ਵਿਕਾਸ ਹੋ ਰਿਹਾ ਤੇ ਉਹ ਵੀ ਕਿਸਾਨੀ ਬਿਨਾਂ ਵਜ੍ਹਾ ਸੰਘਰਸ਼ ਆਰੰਭ ਕਰ ਰਹੀ ਹੈ